ਪੱਗਾਂ ਵਾਲਿਓ ਨਿੱਕੇ ਜੇ ਬੱਚੇ ਨੂੰ ਵੀ ਪੁੱਛ ਲਓ ਨਾ ਮੈਨੂੰ, ਕਿਉਂਕਿ ਸਾਨੂੰ ਪਤਾ ਨਾ ਆਪਣੇ ਬਚਪਨ ਦਾ, ਸਾਨੂੰ 25 ਦਸੰਬਰ ਦੀ ਛੁੱਟੀ ਦਾ ਬੜਾ ਚਾਅ ਹੁੰਦਾ ਸੀ। ਤੇ ਜਦੋਂ 25 ਦਸੰਬਰ ਬਾਰੇ ਪਤਾ ਵੀ ਨਹੀਂ ਸੀ ਨਾ ਛੁੱਟੀ ਕਾਹਦੀ ਹੁੰਦੀ ਆ, ਤੇ ਪਤਾ ਨਹੀਂ ਕਿੱਥੋਂ ਸਾਡੇ ਦਿਮਾਗ ਵਿੱਚ ਗੱਲ ਪਾ ਦਿੱਤੀ ਹੋਈ ਸੀ ਅੱਜ ਵੱਡਾ ਦਿਨ ਹੈ। ਫਿਰ ਪਤਾ ਲੱਗਿਆ ਵੀ ਕ੍ਰਿਸਮਸ ਹੈ, ਕ੍ਰਿਸਮਸ ਵੱਡਾ ਦਿਨ ਹੈ। ਮੁਬਾਰਕ ਜੀ ਸਾਈ ਵੀਰਾਂ ਨੂੰ, ਕੋਈ ਨਫ਼ਰਤ ਨਹੀਂ ਕਿਸੇ ਨਾਲ, ਉਹਨਾਂ ਨੂੰ ਮੁਬਾਰਕਾਂ ਦਿਓ, ਖੁਸ਼ੀਆਂ ਸਾਂਝੀਆਂ ਕਰੋ। ਮੁਸਲਮਾਨ ਵੀਰਾਂ ਨੂੰ ਈਦ ਦੀ ਮੁਬਾਰਕ ਦਿਓ, ਹਿੰਦੂ ਵੀਰਾਂ ਨੂੰ ਮੁਬਾਰਕ ਦਿਓ, ਬਿਲਕੁਲ ਸਾਰਿਆਂ ਨਾਲ ਪਿਆਰ ਵੰਡੋ। ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਕੋਈ ਨਫ਼ਰਤ ਨਹੀਂ, ਪਰ ਘੱਟੋ ਘੱਟ ਆਪਣੇ ਬੱਚਿਆਂ ਨੂੰ ਦੱਸ ਦਿਓ ਕਿ 25 ਦਸੰਬਰ ਸਾਡੇ ਲਈ ਏਡਾ ਵੱਡਾ ਦਿਨ ਹੈ ਕਿ ਸਾਡੇ ਵੱਡੀ ਕਰਨੀ ਵਾਲੇ ਬਾਬੇ ਠੰਡੇ ਬੁਰਜ ਵਿੱਚ ਬੈਠ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਕਰ ਰਹੇ ਸਨ। ਇਹ ਦੱਸਣਾ ਫਰਜ਼ ਸਮਝ ਲਿਓ। ਇਹ ਟੀਵੀ ਚੈਨਲ ਵੀਰ ਸਾਰੇ ਦੁਨੀਆ ਭਰ ਵਿੱਚ ਆਵਾਜ਼ ਪਹੁੰਚਾ ਰਹੇ ਹੈ, ਔਰ ਮੈਂ ਵੇਖਿਆ ਜੀ ਉੱਥੇ ਸਾਡੇ ਬੱਚੇ ਸੈਲੀਬ੍ਰੇਟ ਕਰਦੇ ਕ੍ਰਿਸਮਸ ਨੂੰ ਪੱਬਾਂ ਤੇ ਕਲੱਬਾਂ 'ਚ ਗੁਆਚ ਗਏ। ਮੈਂ ਦੋਸ਼ ਨਹੀਂ ਮੜ ਰਿਹਾ, ਇੱਥੇ ਵੀ ਕਿੰਨੇ ਕੁ ਚੇਤਨ ਆ, ਛੁੱਟੀ ਦੀ ਖੁਸ਼ੀ ਮਨਾਈ ਜਾ ਰਹੇ ਆ। 25 ਦਸੰਬਰ ਨੂੰ ਨੀਹਾਂ ਮਜ਼ਬੂਤ ਕਰਨ ਵਾਲੇ ਬਾਬੇ 9 ਤੇ 7 ਸਾਲ ਦੇ ਜ਼ਿੰਦਗੀ ਕੁਰਬਾਨ ਕਰਨ ਲਈ ਸ਼ਹਾਦਤ ਦੀ ਸਰਦਲ ਤੇ ਖੜੇ ਆ। ਉਹਨਾਂ ਨੇ ਕੱਲ ਨੂੰ ਪਰਸੋਂ ਨੂੰ ਗਲੇ ਕੱਟੇ ਜਾਣੇ ਨੇ, ਉਹਨਾਂ ਦੀਆਂ ਸਾਹ ਰਗਾਂ ਵੱਢੀਆਂ ਜਾਣੀਆਂ ਨੇ, ਉਹਨਾਂ ਦੇ ਜਿਸਮ ਹਿੱਲ ਰਹੇ ਹੋਣਗੇ, ਤੜਪ ਰਹੇ ਹੋਣਗੇ, ਖੂਨ ਵਿੱਚ ਲੱਥ-ਪੱਥ ਸਰੀਰ ਪਏ ਹੋਣਗੇ। ਉਸ ਰਾਹ ਉੱਤੇ ਮੁਸਾਫਰ ਤੁਰੇ ਹੋਏ ਆ, ਤੇ 25 ਦਸੰਬਰ ਨੂੰ ਠੰਡੇ ਬੁਰਜ ਵਿੱਚ ਮਾਂ ਗਲ ਨਾ ਲਾ ਕੇ ਤਿਆਰੀ ਕਰਵਾ ਰਹੀ ਹੈ। ਮਾਂ ਤੂੰ ਵੀ ਤਿਆਰੀ ਕਰਵਾ ਨਾ, 25 ਦਸੰਬਰ ਨੂੰ ਜਿਹੜਾ ਕ੍ਰਿਸਮਸ ਮਨਾਉਣ ਲਈ ਤੁਰਿਆ ਉਹਦੀ ਤਿਆਰੀ ਕਰਵਾ। ਆ ਤੈਨੂੰ ਮੈਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬਾਰੇ ਦੱਸਾਂ। ਇੱਕ ਸਲੋਗਨ ਦਿੱਤਾ, ਡੁੱਲੇ ਲਹੂ ਦੀ ਵੰਗਾਰ, ਸਾਡਾ ਵਿਰਸਾ ਸਾਡਾ ਪਰਿਵਾਰ। ਸੱਚ ਪੁੱਛੋ ਤੇ ਇੱਕ ਸ਼ੀਸ਼ਾ ਆ, ਇੱਕ ਸ਼ੀਸ਼ਾ ਆ। ਮੈਂ ਬੇਨਤੀ ਕਰਾਂਗਾ ਸੋਨੂ ਵੀਰ ਜੀ ਨੂੰ ਕਿ ਇਹ ਜਿਹੜਾ ਸਲੋਗਨ ਹੈ ਨਾ, ਬਾਕੀ ਸ਼ੀਸ਼ੇ ਦੇ ਉੱਤੇ ਲਿਖ ਕੇ ਦੇਣ, ਤਾਂ ਕਿ ਜਿਹੜਾ ਇਹਨੂੰ ਆ ਕੇ ਪੜ੍ਹੇ ਉਹ ਸ਼ੀਸ਼ੇ 'ਚ ਘੱਟੋ ਘੱਟ ਆਪਣਾ ਚਿਹਰਾ ਵੀ ਵੇਖੇ, ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਏ, ਸਾਡੀਆਂ ਧੀਆਂ ਬੱਚੀਆਂ ਵੇਖਣ ਕਿ ਸਾਡਾ ਵਿਰਸਾ ਕੀ ਸੀ, ਤੇ ਮੇਰੇ ਕਿਤੇ ਭਰਵੱਟੇ ਕੱਟੇ ਤੇ ਨਹੀਂ ਹੋਏ, ਹੈ ਨਾ। ਇਹੀ ਤੇ ਅਨਾਲਿਸਿਸ ਜਾਣੇ ਸ਼ੀਸ਼ੇ ਦੇ ਵਿੱਚ ਕਿ ਸਾਡਾ ਵਿਰਸਾ ਕੀ ਹੈ ਤੇ ਸਾਡਾ ਪਰਿਵਾਰ ਕਿੱਥੇ ਖੜਾ ਹੈ। ਪਰਿਵਾਰ ਕਬਰਾਂ ਨੂੰ ਤੁਰ ਪਿਆ, ਪਰਿਵਾਰ ਨਸ਼ਿਆਂ ਨੂੰ ਜੇ ਤੁਰ ਪਿਆ, ਪਰਿਵਾਰ ਨਾਈ ਦੀ ਦੁਕਾਨ ਨੂੰ ਤੁਰ ਪਿਆ, ਪਰਿਵਾਰ ਕਰਮ ਕਾਂਡ ਨੂੰ ਤੁਰ ਪਿਆ, ਤੇ ਵਿਰਸੇ ਵੱਲ ਪਿੱਠ ਕਰ ਲਵਾਂਗੇ, ਕਿਵੇਂ ਬਖਸ਼ੇ ਜਾਵਾਂਗੇ ਅਸੀਂ ਜੀ। ਇਹ ਲੇਖੇ ਜੋਖੇ ਦੇ ਦਿਨ ਨੇ ਜੀ, ਇਹ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਲੇਖਾ ਜੋਖਾ ਕਰਨ ਦੇ ਦਿਨ ਨੇ। ਗੁਰਸਿੱਖੋ, ਕਿਆ ਤੈਂ ਖੱਟਿਆ ਕਹਾਂ ਗਵਾਇਆ। ਮੈਂ ਕਥਾ ਕਰਨ ਵਾਸਤੇ ਨਹੀਂ ਬੈਠਾ, ਮੇਰੀ ਬੇਨਤੀ ਇੱਕ ਸਿਰਫ ਸੁਨੇਹਾ, ਸਾਡਾ ਵਿਰਸਾ ਕੀ ਹੈ ਤੇ ਸਾਡਾ ਇੱਕ ਥੋੜਾ ਜਿਹਾ ਤੇ ਲੇਖਾ ਕਰਿਓ ਨਾ, ਤੇ ਸ਼ਾਇਦ ਕਦੇ ਬੱਚੇ ਵੀ ਪੁੱਛ ਲੈਣ, ਮਾਂ ਤੈਨੂੰ ਤੇ ਅਸੀਂ ਕਿਸੇ ਹੋਰ ਪਾਸੇ ਜਾਂਦਿਆਂ ਵੇਖਿਆ ਸੀ, ਸ਼ਨੀਵਾਰ ਵੀਰਵਾਰ ਐਤਵਾਰ, ਵੀ ਵਿਰਸਾ ਤੇ ਤੂੰ ਮਾਂ ਗੁਜਰੀ ਵਾਲਾ ਦੱਸ ਰਹੀ ਹੈ, ਤੇਰੇ ਤੇ ਸਿਰ ਭੀੜ ਹੋਈ, ਤੂੰ ਝਾੜੇ ਫਾਂਡਿਆਂ ਨੂੰ ਤੁਰ ਪਈ ਸੀ, ਇੱਥੇ ਤੇ ਸਿਰ ਕਟਾਉਣ ਵਾਲਿਆਂ ਦਾ ਵਿਰਸਾ ਹੈ। 25 ਦਸੰਬਰ ਨੂੰ ਸਾਰੇ ਜਿੰਨੇ ਤੁਸੀਂ ਗੁਰਸਿੱਖ ਆਏ ਹੋ, ਜਿੱਥੋਂ ਜਿੱਥੋਂ ਆਏ ਹੋ, ਆਪਣੇ ਮੁਹੱਲੇ 'ਚ ਭਾਵੇਂ 2 ਬੱਚੇ ਨੇ ਨਾ, ਉਹਨਾਂ ਨੂੰ ਜੋੜ ਕੇ ਭਾਵੇਂ ਛੋਟਾ ਜਿਹਾ ਕੇਸਰੀ ਪਰਨਾ ਹੀ ਉਹਨਾਂ ਦੇ ਸਿਰ 'ਤੇ ਸਜਾਇਓ, ਤੇ ਉਹਨਾਂ ਨੂੰ ਦੱਸਿਓ ਤੁਸੀਂ ਵਾਰਸ ਬਾਬਾ ਫਤਿਹ ਸਿੰਘ ਦਿਓ। ਜਿਹੜੇ ਪਰਿਵਾਰ, ਇੱਕ ਹੋਰ ਬੇਨਤੀ ਜੀ ਧਿਆਨ ਨਾਲ ਸੁਣਿਓ, ਜਿਹੜੇ ਪਰਿਵਾਰ 2-2, 3-3 ਪੀੜ੍ਹੀਆਂ ਤੋਂ ਸਿੱਖੀ ਤੋਂ ਦੂਰ ਹੋ ਗਏ ਆ, ਉਹਨਾਂ ਨੂੰ ਵੀ ਕਹਿਓ ਕੋਈ ਗੱਲ ਨਹੀਂ, ਤੁਸੀਂ ਭਾਵੇਂ ਕਲੀਨ ਸ਼ੇਵੀਓ, ਇੱਕ ਵਾਰੀ ਆਓ ਆਪਣੇ ਚਿਹਰੇ ਨੂੰ ਸ਼ੀਸ਼ੇ 'ਚ ਤੱਕ ਕੇ ਸਿਰ 'ਤੇ ਇੱਕ ਵਾਰੀ ਦਸਤਾਰ ਸਜਾ ਲਓ, ਤੁਸੀਂ ਬਾਬਾ ਫਤਿਹ ਸਿੰਘ ਦੇ ਵਾਰਸ ਹੋ, ਸ਼ਾਇਦ ਮੋੜਾ ਪੈ ਜਾਏ।